ਤੁਹਾਡਾ ਰਾਹ ਨਹੀਂ ਸੀ ਆਉਂਦਾ ਕੀ ਉਦੇਸ਼ ਹੈ ਦੇਖੋ ਕਿਉਂਕਿ ਹੁਣ ਮੈਂ ਆਪਣੇ ਆਪ ਨੂੰ ਐਟ ਥਿਸ ਏਜ ਮੈਂ ਸਮਝਦਾ ਹਾਂ ਕਿ ਮੇਰੇ ਸ਼ੁਰੂ ਵਿੱਚੋਂ ਸ਼ੁਰੂ ਤੋਂ ਹੀ ਇਹ ਇਰਾਦਾ ਸੀ ਆਈ ਵਾਸ ਮੋਰ ਇੰਟਰਸਟਿਡ ਇਨ ਸੋਸ਼ਲ ਸਰਵਿਸ ਜੇ ਮੈਂ ਗਿਆ ਭੀ ਜੇ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਆ ਅਨਲੈਸ ਯੂ ਹੈਵ ਪਾਵਰ ਤੁਹਾਡੇ ਕੋ ਪਾਵਰ ਨਹੀਂ ਤਾਂ ਤੁਸੀਂ ਲੋਕਾਂ ਦੇ ਕੰਮ ਨਹੀਂ ਕਰ ਸਕਦੇ ਤੁਸੀਂ ਸਹੀ ਨੂੰ ਸਹੀ ਨਹੀਂ ਕਹਿ ਸਕਦੇ ਇਦਾਂ ਦਾ ਹਾਲਾਤ ਪੱਛੇ ਆ ਤਾਂ ਫਿਰ ਮੈਂ ਸੋਚਿਆ ਕਿ ਆਈ ਸ਼ੁਡ ਜੁਆਇਨ ਪੋਲਿਟਿਕਸ ਤੇ ਫਿਰ ਪਾਵਰ ਮਿਲਦੀ ਆ ਫਿਰ ਅਸੀਂ ਲੋਕਾਂ ਦੀ ਸੇਵਾ ਕਰ ਸਕਾਂਗੇ ਚੰਗੀ ਤਰ੍ਹਾਂ ਕਰ ਸਕਾਂਗੇ ਜਦ ਮੈਂ ਦੇਖਿਆ ਕਿ 36000 ਬੱਚੇ ਪੱਕੇ ਕਰਤੇ ਨੌਕਰੀਆਂ ਪੱਕੀਆਂ ਕਰਤੀਆਂ ਮਤਲਬ ਹਰ ਚੀਜ਼ ਹੀ ਝੂਠ ਉਹ ਝੂਠ ਬੋਲ ਬੋਲ ਕੇ ਹੁਣ ਜੋਨਜਾਬ ਦਾ ਲੱਗ ਚੁੱਕਾ ਉਹ ਵੀ ਖਤਮ ਹੋ ਗਿਆ ਹੁਣ ਜੋ ਝੂਠਾ ਉਹ ਪੂਰਾ ਤੋਂ ਕੁਝ ਹੋਣਾ ਨਹੀਂ ਅਜ਼ੀਜ਼ ਵੈਬ ਟੀਵੀ ਦੇਖ ਰਖੇ ਦਰਸ਼ਕਾਂ ਦਾ ਸਵਾਗਤ ਹੈ ਜੀ ਬੀਐਸ ਲਾਡੀ ਸੁਲਤਾਨਪੁਰ ਲੋਧੀ ਤੋਂ ਅੱਜ ਅਸੀਂ ਗੱਲ ਕਰ ਰਹੇ ਹਾਂ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਹਰ ਪਾਰਟੀ ਨੇ ਆਪਣੇ ਕੈਂਡੀਡੇਟ ਐਲਾਨ ਦਿੱਤੇ ਹੋਏ ਹਨ ਉਹਦੇ ਸਬੰਧ ਵਿੱਚ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠ ਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਨਾਲ ਜੁੜੇ ਹਾਂ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਉਹਨਾਂ ਨੇ ਵਕਫਾ ਪਿੰਡਾਂ ਦੇ ਵਿੱਚ ਤੂਫਾਨੀ ਦੌਰੇ ਸ਼ੁਰੂ ਕੀਤੇ ਹੋਏ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਰਾਜਨੀਤਿਕ ਜੀਵਨ ਬਾਰੇ ਉਹਨਾਂ ਦਾ ਉਦੇਸ਼ ਕੀ ਹੈ ਰਾਜਨੀਤੀ ਆਉਣ ਦਾ ਹੈ ਕੈਪਟਨ ਸਾਹਿਬ ਮੈਂ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਕਿ ਮੈਂ ਪੋਲਿਟਿਕਸ ਵਿੱਚ ਕਿਉਂ ਆਇਆ ਤੁਹਾਡਾ ਬੜਾ ਬਹੁਤ ਵਧੀਆ ਸਵਾਲ ਹੈ ਕਿ ਮੇਰਾ ਕੋਈ ਇਹ ਸੁਪਨਾ ਨਹੀਂ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਆਉਣਾ ਜੇ ਮੈਂ ਸ਼ੁਰੂ ਕਰਾਂ ਆਪਣੇ ਸਕੂਲ ਸਕੂਲਿੰਗ ਤੋਂ ਜਦੋਂ ਮੈਂ ਮੈਂ ਜਦੋਂ ਸ਼ੁਰੂ ਸੀ ਮੈਂ ਇਸੇ ਪਿੰਡ ਦਾ ਹੀ ਜੰਮ ਪਾਲਾਂ ਨਾਲ ਦਾ ਪਿੰਡ ਹੈ ਨਸੀਰਪੁਰ ਮੇਰਾ ਪਿੰਡ ਹੈ ਸੁਲਤਾਨਪੁਰ ਤਹਿਸੀਲ ਦੇ ਵਿੱਚ ਮੈਂ ਮੁੱਢੀ ਵਿਦਿਆ ਯਾਨੀ ਕਿ ਦੀਦੀ ਚੌਥੀ ਕਲਾਸ ਇੱਥੇ ਤੱਕ ਪੜਿਆ ਫਿਰ ਮੇਰੇ ਫਾਦਰ ਸਾਹਿਬ ਕਿਉਂਕਿ ਉਹ ਖੁਦ ਇੱਕ ਆਜ਼ਾਦੀ ਘੁਲਾਟੇ ਸੀ ਫਰੀडम फाइਟਰ ਸੀ ਉਹਨਾਂ ਦੀ ਸੋਚ ਫੌਜੀਆ ਵਾਲੀ ਸੀ ਤੋਂ ਚਾਹੁੰਦੇ ਸੀ ਕਿ ਮੇਰਾ ਹਰ ਬੱਚਾ ਫੌਜ ਚ ਜਾਵੇ ਉਹਨਾਂ ਨੇ ਮੈਨੂੰ ਸੈਨਿਕ ਸਕੂਲ ਚ ਭੇਜਿਆ ਮੈਂ ਮੈਨੂੰ ਐਡਮਿਸ਼ਨ ਹੋਈ ਸੈਨ ਸਕੂਲ ਜਾਮਨਗੜ ਗੁਜਰਾਤ ਦੇ ਵਿੱਚ ਮੈਂ ਉੱਥੇ ਆਪਣੀ ਸਾਰੀ ਵਿੱਦਿਆ ਪੂਰੀ ਕੀਤੀ ਤੇ ਉੱਥੋਂ ਫਿਰ ਬਾਅਦ ਚ ਮੈਂ ਆਰਮੀ ਜੋਇਨ ਕਰ ਲਈ ਆਰਮੀ ਵਿੱਚ ਚਲਿਆ ਕਿ ਮੈਂ ਕੋਈ 10 ਅਰਸਾ 10 ਸਾਲ ਫੌਜ ਨੌਕਰੀ ਕੀਤੀ ਫਿਰ ਸ਼ੌਕ ਆ ਗਿਆ ਕਿ ਮੈਂ ਬਿਜ਼ਨਸ ਕਰਨਾ ਚਾਹੁੰਨਾ ਕਾਰੋਬਾਰ ਕਰਨਾ ਚਾਹੁੰਨਾ ਹਾਲਾਂਕਿ ਸਾਡੀ ਫੈਮਿਲੀ ਚ ਕੋਈ ਬਿਜ਼ਨਸ ਨਹੀਂ ਸੀ ਕਰਦਾ ਮੇਰੇ ਵੱਡੇ ਭਾਈ ਸਾਹਿਬ ਵੀ ਆਰਮੀ ਚ ਹੀ ਸੀ ਮੈਂ ਬਿਜ਼ਨਸ ਜੋਇਨ ਕਰ ਲਿਆ ਬਿਜ਼ਨਸ ਦੇ ਵਿੱਚ ਦਾਤੇ ਦੀ ਕਿਰਪਾ ਹੋਈ ਹੌਲੀ ਹੌਲੀ ਵੱਧੇ ਗਏ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਅਸੀਂ ਬਹੁਤ ਅੱਛਾ ਬਿਜ਼ਨਸ ਕਰਦੇ ਆਂ ਕਾਫੀ ਅੱਛੀ ਟਰਨਓਵਰ ਕਰਦੇ ਆਂ ਅਸੀਂ ਜਿਆਦਾ ਆਜਕਲ ਰੇਲਵੇ ਦਾ ਬਿਜ਼ਨਸ ਕਰ ਰਹੇ ਆਂ ਤੇ ਬੱਚੇ ਦੋ بیٹے ਮੇਰੇ ਦੋਵੇਂ ਵੈਲ ਸੈਟਲਡ ਹੈਗੇ ਆ ਔਰ ਉਹ ਆਜਕਲ ਖੁਦ ਬਿਜ਼ਨਸ ਸਾਰਾ ਦੇਖਦੇ ਆ ਔਰ ਨਾਲ ਮੈਨੂੰ ਅੱਜ ਮੇਰੀ ਪੋਲਿਟਿਕਸ ਦੇ ਵਿੱਚ ਜੋ ਅਸੀਂ ਇਲੈਕਸ਼ਨ ਲੜ ਰਹੇ ਆ ਉਹਦੇ ਵਿੱਚ ਮੇਰੀ ਮਦਦ ਵੀ ਕਰ ਰਹੇ ਆ ਉਹ ਲੜ ਰਹੇ ਕੈਪਟਨ ਸਾਹਿਬ ਤੁਹਾਡਾ ਰਾਹ ਨਹੀਂ ਸੀ ਆਉਂਦਾ ਕੀ ਉਦੇਸ਼ ਦੇਖੋ ਕਿਉਂਕਿ ਹੁਣ ਮੈਂ ਆਪਣੇ ਆਪ ਨੂੰ ਐਟ ਥਿਸ ਏਜ ਮੈਂ ਸਮਝਦਾ ਹਾਂ ਕਿ ਮੇਰੇ ਸ਼ੁਰੂ ਵਿੱਚੋਂ ਸ਼ੁਰੂ ਤੋਂ ਹੀ ਇਹ ਇਰਾਦਾ ਸੀ ਆਈ ਵਾਸ ਮੋਰ ਇੰਟਰਸਟਿਡ ਇਨ ਸੋਸ਼ਲ ਸਰਵਿਸ ਇਹ ਸਾਡੀ ਫੈਮਿਲੀ ਦਾ ਹੀ ਦੇਣਾ ਬਲਕਿ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਵੀ ਸੋਚ ਇਦਾਂ ਦੀ ਸੀ ਕਿ 올 ਬਲੀਵਡ ਇਨ ਸੋਸ਼ਲ ਸਰਵਿਸ ਮੈਂ ਦੇਖਿਆ ਕਿ ਹੁਣ ਬੱਚੇ ਵੱਡੇ ਹੋ ਗਏ ਹਨ ਉਹਨਾਂ ਨੇ ਆਪਣੇ ਆਪ کاروبار ਕਰ ਲਿਆ ਤੇ ਮੈਂ ਸੋਸ਼ੀਅਲੀ ਆਪਣੇ ਆਪ ਨੂੰ ਕਾਫੀ ਐਕਟਿਵ ਕਰ ਲਿਆ ਸੀਗਾ ਉਹਦੇ ਨਾਲ ਹੀ ਦੇਖਦੇ ਦੇਖਦੇ ਫਿਰ ਮੈਂ ਕਿਹਾ ਵੀ ਜੇ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਆ ਅਨਲੈਸ ਯੂ ਹੈਵ ਪਾਵਰ ਤੁਹਾਡੇ ਕੋਲ ਪਾਵਰ ਨਹੀਂ ਤਾਂ ਤੁਸੀਂ ਲੋਕਾਂ ਦੇ ਕੰਮ ਨਹੀਂ ਕਰ ਸਕਦੇ ਤੁਸੀਂ ਸਹੀ ਨੂੰ ਸਹੀ ਨਹੀਂ ਕਹਿ ਸਕਦੇ ਇਦਾਂ ਦੇ ਹਾਲਾਤ ਬਣ ਚੁੱਕੇ ਆ ਆਪਣੇ ਖਾਸ ਕਰ ਸਾਡੇ ਸੁਲਤਾਨਪੁਰ ਦੇ ਵਿੱਚ ਤਾਂ ਫਿਰ ਮੈਂ ਸੋਚਿਆ ਕਿ ਆਈ ਸ਼ੁਡ ਜੁਆਇਨ ਪੋਲਿਟਿਕਸ ਤੇ ਫਿਰ ਪਾਵਰ ਮਿਲਦੀ ਆ ਫਿਰ ਅਸੀਂ ਲੋਕਾਂ ਦੀ ਸੇਵਾ ਕਰ ਸਕਾਂਗੇ ਚੰਗੀ ਤਰ੍ਹਾਂ ਕਰ ਸਕਾਂਗੇ। ਸੁਲਤਾਨਪੁਰ ਹਲਕੇ ਦੀਆਂ ਮੁੱਖ ਸਮੱਸਿਆ ਜਿਹੜੀਆਂ ਤੁਸੀਂ ਸੁਧਾਰ ਕਰ ਸਕਦੇ ਹੋ। ਦੇਖੋ ਸੁਲਤਾਨਪੁਰ ਅੱਜ ਉਹ ਮੈਂ ਦੇਖ ਰਿਹਾ ਅ ਪਿਛਲੇ 5 ਸਾਲਾਂ ਦੇ ਵਿੱਚ ਪੋਲਿਟਿਕਸ ਕਾਫੀ ਡਿਟੇਰੀਓਟ ਹੋ ਚੁੱਕੀ ਹੈ। ਬਲਕਿ ਮੈਂ ਉਹਨੂੰ ਕਹਾਂ ਲਫ਼ਜ਼ ਕਹਾਂ ਕਿ ਗੰਦੀ ਹੋ ਚੁੱਕੀ ਹੈ ਕਿਉਂਕਿ ਇਹ ਇੱਕ ਬਿਜ਼ਨਸ ਬਣ ਚੁੱਕਾ ਕਾਰੋਬਾਰ ਬਣ ਚੁੱਕਾ। ਪੋਲਿਟਿਕਸ ਹੁੰਦੀ ਆ ਲੋਕਾਂ ਦੇ ਕੰਮਾਂ ਵਾਸਤੇ ਸੋਸ਼ਲ ਸਰਵਿਸ ਵਾਸਤੇ ਪਰ ਹੁਣ ਜੋ ਪੋਲਿਟਿਕਸ ਦਾ ਉਥੇ ਮੈਂ ਦੇਖ ਰਿਹਾ ਇਹ ਇੱਕ ਇੱਕ ਬਿਜ਼ਨਸ ਬਣ ਚੁੱਕਿਆ ਮੈਂ ਪਹਿਲੀ ਗੱਲ ਤੇ ਇਹ ਬਿਜ਼ਨਸ ਖਤਮ ਕਰਾਂਗਾ ਜਿਹੜਾ ਇਹਨਾਂ ਨੇ ਪੋਲਿਟਿਸ਼ੀਅਨਸ ਨੇ ਇਸ ਖਰ ਕੇ ਕੇ ਸੁਲਤਾਨਪੁਰ ਦੀ ਗੱਲ ਕਰਦਾ ਪਿਛਲੇ 5 ਸਾਲਾਂ ਚ ਜੋ ਇਸ ਇਲਾਕੇ ਨੂੰ ਭੁਗਤਣਾ ਪਿਆ ਜੋ ਇਹਨਾਂ ਨੂੰ ਲੁੱਟਿਆ ਤੇ ਕੁੱਟਿਆ ਗਿਆ ਇਹ ਓਪਨ ਫੈਕਟ ਹੈ ਇਟ ਇਜ਼ ਨੋਨ ਐਵਰੀਬਡੀ ਇਟ ਵਾਸ ਨਾਟ ਰਾਮ ਰਾਜ ਇਟ ਵਾਸ ਰਾਮਨ ਰਾਜ ਇੱਕ ਰਾਮਨ ਰਾਜਵਾਗਾ ਰਾਜ ਸੀ ਤੇ ਲੋਕੀ ਬੜੇ ਔਖੇ ਸੀਗੇ ਮੇਰਾ ਮਨ ਇਹ ਸੀਗਾ ਕਿ ਮੈਂ ਇਸ ਸ਼ਹਿਰ ਨੂੰ ਸੁੱਖ ਤੇ ਸਕੂਨ ਵਾਲੀ ਜ਼ਿੰਦਗੀ ਦੇ ਸਕਾਂ ਇਹ ਤੇ ਇੱਕ ਮੇਰਾ ਮਕਸਦ ਸੀ ਕਿਉਂਕਿ ਕ腐ਸ਼ਨ ਇੰਨੀ ਆ ਫੈਲ ਚੁੱਕੀ ਆ ਇੱਥੇ ਬਿਨਾ ਕ腐ਸ਼ਨ ਤੋਂ ਕੋਈ ਕੰਮ ਹੀ ਨਹੀਂ ਹੁੰਦਾ ਲੋਕਾਂ ਦੀ ਆਮ ਜੀਵਨ ਜੋ ਜਿੰਦੀ ਮਤਾਂ ਮੈਂ ਦੇਖਦਾ ਉਹ ਵੀ ਬੜੀ ਔਖੀ ਹੋ ਚੁੱਕੀ ਆ ਇਸ ਕਰਕੇ ਮੈਂ ਸੋਚਿਆ ਕਿ ਨਹੀਂ ਜਿੰਨਾ ਜਿੰਨਾ ਤੇ ਮੇਰੇ ਕੋ ਪਾਵਰ ਨਹੀਂ ਹੋਊਗੀ ਤੇ ਮੈਂ ਪਾਵਰ ਲੈ ਕੇ ਆ ਕੰਮ ਕਰਨੇ ਆ ਲੋਕਾਂ ਦੀ ਸਰਵਿਸ ਕਰਨੀ ਆ ਇੱਥੇ ਸੁਭਾਸ਼ ਸੇਵੀ ਕਰਨੀ ਆ ਔਰ ਲੋਕਾਂ ਨੂੰ ਇੱਕ ਇਨਸਾਫ ਵਾਲੀ ਦਰਹਿਤ زندگی ਦੇਣੀ ਹੈ ਕੈਪਟਨ ਸਰਕਾਰ ਦੇ 44 ਸਾਰ ਅਤੇ ਚਰਨਜੀਤ ਚੰਨੀ ਦੇ ਕੁਝ ਮਹੀਨਿਆਂ ਦੀ ਕਾਰਜਕਾਰੀ ਸਰਕਾਰ ਦੀ ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੋ ਪਿਛਲੇ 4 ਸਾਲ 5 ਸਾਲ ਬਕੇ ਅਸੀਂ ਦੇਖਿਆ ਕੈਪਟਨ ਸਾਹਿਬ ਖੁਦ ਇੱਕ ਆਰਮੀ ਅਫਸਰ ਹੈਗੇ ਬੜੇ ਅਪਰਾਇਟ ਅਫਸਰ ਸੀਗੇ ਆਰਮੀ ਦੇ ਵਿੱਚ ਲੇਕਿਨ ਮੇਬੀ ਆ ਜਿਹੜੇ ਪਿਛਲੇ 4 ਸਾਲ ਦੇਖੇ ਆ ਕੋਈ ਖਾਸ ਕੰਮ ਨਹੀਂ ਹੋਏ ਆਪਣੇ ਮੇ ਪੰਜਾਬ ਦੇ ਵਿੱਚ ਮੈਨਿਆ ਕਿਆ ਕੋਈ ਇੰਡਸਟਰੀਲਾਈਜੇਸ਼ਨ ਨਾ ਦੀ ਕੋਈ ਹੈ ਨਹੀਂ ਸੀ ਕੋਈ ਚੀਜ਼ ਕੁਛ ਨਹੀਂ ਹੋਇਆ ਤੇ ਹੁਣ ਜੋ ਪਿੱਛੇ ਦੇਖਿਆ ਗਿਆ ਆਸ-ਆਸੇ ਜਦੋਂ ਗਏ ਆ ਪਿਛਲੇ 3 ਸਾਲ ਆ ਉਸ ਤੋਂ ਬਾਅਦ ਮੈਂ ਦੇਖਿਆ ਕਿ ਕੋਈ ਕੰਮ ਨਾ ਦੀ ਚੀਜ਼ ਨਹੀਂ ਸੀ ਸਿਰਫ ਸਵਾਏ ਇਹਨਾਂ ਨੇ 3-4 ਮਹੀਨੇ ਜਿੰਨੀ ਦੇ ਰਹਿ ਆ ਇਹਨਾਂ ਨੇ ਇਹ ਸੋਚ ਲਿਆ ਕਿ ਅਸੀਂ ਹੁਣ ਅਗਲੀ ਗਵਰਨਮੈਂਟ ਕਿੱਦਾਂ ਬਣਾਉਣੀ ਆ ਉਦੇ ਵਾਸਤੇ ਇਹਨਾਂ ਨੇ ਇੱਕ ਇਹ ਫਾਰਮੂਲਾ ਬਣਾ ਲਿਆ ਕਿ ਜਿੰਨਾ ਵੱਧ ਤੋਂ ਵੱਧ ਝੂਠ ਆ ਉਹ ਬੋਲ-ਬੋਲ ਕੇ ਰੋਜ਼ ਅਖਬਾਰਾਂ 'ਚ ਦੇਈ ਜਾਓ ਆਪਾਂ ਸਵੇਰੇ ਪੜ੍ਹ ਲਓ ਤੁਸੀਂ ਪੂਰਾ ਪੇਜ ਹੀ ਦੋ ਤਿੰਨ ਪੇਜ ਹੀ ਭਰੇ ਹੁੰਦੇ ਆ ਨੌਕਰੀਆਂ ਦੇ ਅਕਲ ਪਿੱਛੇ ਜੇ ਮੈਂ ਦੇਖਿਆ ਕਿਤੇ 36 ਹਜ਼ਾਰ ਬੱਚੇ ਪੱਕੇ ਕਰਤੇ ਨੌਕਰੀਆਂ ਪੱਕੀਆਂ ਕਰਤੀਆਂ ਮਤਲਬ ਹਰ ਚੀਜ਼ ਹੀ ਝੂਠ ਉਹ ਝੂਠ ਬੋਲ-ਬੋਲ ਕੇ ਹੁਣ ਚੋਣ ਜਾਬਤਾ ਲੱਗ ਚੁੱਕਾ ਉਹ ਵੀ ਖਤਮ ਹੋ ਗਿਆ ਹੁਣ ਜੋ ਝੂਠ ਆ ਉਹ ਪੂਰਾ ਤੋ ਕੁਝ ਹੋਣਾ ਨਹੀਂ ਉਹ ਕੁਝ ਨਹੀਂ ਹੋਣਾ ਆਪਣੇ ਸੁਲਤਾਨਪੁਰ ਦੇ ਜਿਹੜੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ 550 ਸਾਲਾਂ ਵਿੱਚ ਜੋ ਵਿਕਾਸ ਕਾਰਜ ਕੀਤੇ ਗਿਆ 200 16 ਕਰੋੜ ਤੇ 5 ਲੱਖ ਦੇ ਕਰੀਬ ਦੇ ਉਹਨਾਂ ਨੇ ਦਾਵਾ ਕੀਤਾ ਉਹਨਾਂ ਨੇ ਪੰਫਲਟ ਵੰਡੇ ਆ ਸ਼ਹਿਰ ਦੇ ਵਿੱਚ ਤੁਸੀਂ ਇਸ ਪਰ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਉਹ ਪੰਫਲਟ ਦੇਖਿਆ ਜੋ ਤੁਸੀਂ ਕਹਿ ਰਹੇ ਹੋ ਮੈਂ ਤਾਂ ਗੱਲ ਕਰ ਰਿਹਾ ਹਾਂ ਹਲੇ ਹੋਰ ਬਹੁਤ ਕੁਝ ਆ ਜਿਹੜਾ ਸ਼ਹਿਰ ਨੂੰ ਲੁੱਟਿਆ ਤੇ ਕੁੱਟਿਆ ਗਿਆ ਤੇ ਝੂਠੇ ਪਰਚੇ ਕੀਤੇ ਗਏ ਸਾਡੇ ਬੱਚਿਆਂ ਦੇ ਉੱਪਰ ਜਿਹੜੇ ਜੇਲ੍ਹਾਂ ਵਿੱਚ ਜਾ ਦਾ ਕੇ ਪਰਿਵਾਰ ਕਈ ਰੁਲ ਗਏ ਉਹ ਉਹਦੇ ਬਾਰੇ ਤੁਸੀਂ ਗੱਲ ਹੀ ਕਰਦੇ ਮੈਂ ਨਾ ਹਾਲੇ ਤੋ ਉਹ ਬਹੁਤ ਕੁਛ ਆ ਉਹ ਸਾਰਾ ਰਿਕਾਰਡ ਮੈਂ ਲੈਣਾ ਜਿੰਨੇ ਝੂਠੇ ਪਰਚੇ ਮੈਂ ਸਾਰੇ ਆਰਟੀਆਈ ਚ ਕਢਾ ਰਿਆ ਮੈਂ ਸਾਰੀ ਇਨਫਰਮੇਸ਼ਨ ਲੈਣੀ ਆ ਕਿ ਪਿਛਲੇ 5 ਸਾਲਾਂ ਵਿੱਚ ਜਿਹੜੇ ਵੀ ਸੁਲਤਾਨਪੁਰ ਚ ਪਰਚੇ ਹੋਏ ਮੈਨੂੰ ਉਹਦਾ ਰਿਕਾਰਡ ਦਿਓ ਔਰ ਉਤੇ ਕੀ ਧਾਰਾ ਲੱਗੀ ਕਉਕੇ ਇੱਥੇ ਸਿਸਟਮ ਇਦਾਂ ਦਾ ਬਣ ਚੁੱਕਾ ਸੀਗਾ ਪਰਚਾ ਵੀ ਆਪ ਹੀ ਕਰਾਉਣਾ ਆਪ ਹੀ ਕੈਨਸਲ ਕਰਾਉਣਾ ਤੇ ਆਪ ਹੀ ਧਾਰਾ ਲਾਉਣੀ ਆ ਇਦਾਂ ਦਾ ਸਿਸਟਮ ਚੱਲ ਰਿਹਾ ਸੀ ਇਸ ਸ਼ਹਿਰ ਦੇ ਵਿੱਚ ਪਰਚੇ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਬੜੇ ਅਸੀਂ ਭਾਗਾ ਵਾਲੇ ਆ ਕਿ ਸਾਡੇ ਇਸ ਜ਼ਿੰਦਗੀ ਦੇ ਦੌਰਾਨ ਵਿੱਚ ਅਸੀਂ 550 ਸਾਲਾ ਗੁਰਪੁਰਬ ਮਨਾਇਆ ਸੀਗਾ ਉਸ ਗੁਰਪੁਰਬ ਦੇ ਉੱਪਰ ਜੋ ਘਪਲੇ ਹੋਏ ਆ ਨਾ ਅਸੀਂ ਉਹ ਵੀ ਔਨ ਰਿਕਾਰਡ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਤੁਸੀਂ ਇਹ ਸੋਚੋ ਜਾਂ ਮੈਨੂੰ ਕਰ ਕਹਿ ਕੇ ਇਹੋ ਹੀ ਗੱਲ ਆਪਣੇ ਪੈਂਫਲੈਟ ਚ ਕਹਿ ਕੇ ਇਨੀ ਗੱਲ ਹੀ ਖਤਮ ਕਰ ਦਿਓ ਕਿ ਅਸੀਂ ਨਾ ਕੀਆ ਜੀ ਆ 50 ਕਰੋੜ ਰੁਪਏ ਦਾ ਲਾਤਾ ਵਾ ਟੈਂਟ ਸਿਟੀ ਤੇ ਵਾਟ ਇਜ਼ ਥਿਸ ਵਾਟ ਇਜ਼ 50 ਕਰੋੜ ਦਾ ਲਾਤਾ ਉਹ 50 ਕਰੋੜ ਕਿੱਥੇ ਲੱਗਾ ਆਈ ਵਾਂਟ ਡਿਟੇਲ ਆਡਿਟਡ ਰਿਪੋਰਟ ਔਨ 댓 ਕਿੱਥੇ ਲੱਗਾ ਮੈਨੂੰ ਦਿਖਾਓ ਤੁਸੀਂ ਦਿਖਦਾ ਕਿਤੇ ਵੀ ਨਹੀਂ ਇਹੋ ਜੇ 50 ਹਲੇ ਕੰਮ ਆ ਬਹੁਤ ਬਹੁਤ ਕਰੋਨਾ ਦਾ ਘਪਲਾ ਜਿਹੜਾ ਕਿ ਅਸੀਂ ਬੇਨਕਾਬ ਕਰਨਾ ਚਾਹੁੰਦੇ ਹਾਂ ਔਰ ਕਰਾਂਗੇ ਵਾਪਸ ਜਨਤਾ ਤੱਕ ਪਹੁੰਚਾਵਾਂਗੇ ਕਿਉਂਕਿ ਜਨਤਾ ਤੱਕ ਪਹੁੰਚੂਗਾ ਜੋਕਾਂ ਲੋਕਾਂ ਦੇ ਕੰਮ ਆਵੇ ਜਿਹਦੇ ਵਿੱਚੋਂ ਕੋ ਚੰਗਾ ਹਸਪੀਟਲ ਬਣਿਆ ਹੁੰਦਾ ਤੇ ਅੱਜ ਦੇਖੋ ਤੁਸੀਂ ਕਿੰਨਾ ਸ਼ਹਿਰ ਦੇ ਵਿੱਚ ਫਾਇਦਾ ਹੋਣਾ ਸੀ ਉਸ ਦਾ ਰਾਣਾ ਗੁਰਜੀਤ ਸਿੰਘ ਕੈਬਨਲ ਮੰਤਰੀ ਦੇ ਸੁਪੁੱਤਰ ਰਾਣਾ ਇੰਦਰ ਸਿੰਘ ਇੰਦਰਜੀਤ ਸਿੰਘ ਜਿਹੜਾ ਪ੍ਰਤਾਪ ਸਿੰਘ ਜੀ ਆ ਉਹਨਾਂ ਨੇ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ ਹੈ ਉਹ ਕੱਲ ਉਹਨਾਂ ਨੇ ਇਹ ਇੰਟਰਵਿਊ ਕੀਤੀ ਉਹ ਕਹਿ ਰਹੇ ਸੀ ਕਿ ਮੈਂ ਸਿੱਧੀ ਜਿਹੜਾ ਵਾ ਟੱਕਰ ਦੇਣੀ ਆ ਉਹ ਮੇਰੀ ਟੱਕਰ ਜਿਹੜੀ ਆ ਸ਼ੋਮਨੀ ਅਕਾਲੀ ਦਲ ਨਾਲ ਦੇਖੋ ਮੈਂ ਕਹਿੰਦਾ ਚਲੋ ਇਹ ਉਹਨਾਂ ਦੀ ਸੋਚ ਆ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਜਿਹੜੇ ਮੇਨ ਕਿ ਤਿੰਨ ਕੈਂਡੀਡੇਟ ਆ ਉਹ ਆਲਰੇਡੀ ਇਲੈਕਸ਼ਨ ਅਨਾਉਂਸ ਹੋ ਚੁੱਕੀ ਆ ਹੁਣ ਆਜ਼ਾਦ ਦੇ ਵਿੱਚ ਦੋ ਤਿੰਨ ਚਾਰ ਵੀ ਲੜ ਸਕਦੇ ਆ ਉਹ ਉਹਨਾਂ ਦੀ ਮਰਜ਼ੀ ਆ ਜੋ ਲੜਨਾ ਚਾਹੁੰਦੇ ਲੜਨ ਬਟ ਆਜ਼ਾਦ ਕੈਂਡੀਡੇਟ ਕਿੰਨਾ ਕ ਨਾ ਕੀ ਇੱਥੇ ਪੰਜਾਬ ਦੇ ਵਿੱਚ ਆ ਕੇ ਸਕਸੈਸ ਹੁੰਦਾ ਤੁਸੀਂ ਵੀ ਜਾਣਦੇ ਆ ਸਾਰੇ ਆਪਾਂ ਜਾਣਦੇ ਆ ਅਨਲੈਸ ਤੁਸੀਂ ਲੋਕਾਂ ਦੇ ਕੰਮ ਕਰੋਗੇ ਲੋਕਾਂ ਦੇ ਕੋਲ ਜਾਓਗੇ ਫਿਰ ਜਾ ਕੇ ਤੁਸੀਂ ਉਹ ਇੱਕ ਹਿੰਮਤ ਰੱਖਦੇ ਹੋ ਤੁਹਾਡੇ ਚੋ ਐਬਿਲਿਟੀ ਆਉਂਦੀ ਆ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਸਕੋ ਤੇ ਵੋਟਾਂ ਮੰਗ ਸਕੋ ਜੇ ਤੁਸੀਂ ਵਿਧਾਨ ਸਭਾ ਚੋਣਾਂ 'ਚ ਤੁਹਾਡੀ ਪਾਰਟੀ ਦੀ ਕੀ ਸੰਭਾਵਨਾ ਬਹੁਤ ਵਧੀਆ ਸੰਭਾਵਨਾ ਅੱਜ ਅਹੀ ਪਿੰਡਾਂ ਦੇ ਵਿੱਚ ਮੈਂ ਕਿਹਾ 10 ਪਿੰਡ ਅੱਜ ਕੱਢ ਕੇ ਆਏ ਆ ਤੁਸੀਂ ਵੀ ਹੈਰਾਨ ਹੋਵੋਗੇ ਨਵੀਂ ਹਿਸਟਰੀ ਕ੍ਰੀਏਟ ਕਰਾਂਗੇ ਅਸੀਂ ਸੁਲਤਾਨਪੁਰ ਦੇ ਵਿੱਚ ਜੋ ਇੱਕ ਕਿਲਾ ਸ ਹੈ ਨਾ ਪੰਥ ਦਾ ਕਿਲਾ ਸੀਗਾ 30-30 ਹਜ਼ਾਰ ਨਾਲ ਜਿੱਦੇ ਸੀਗੇ ਉਹ ਟਾਈਮ ਆ ਗਿਆ ਸਰਦਾਰ ਸੁਖਬੀ ਸਿੰਘ ਦੀ ਬਾਦਲ ਸਾਹਿਬ ਦੀ ਇਸ ਸ਼ਾਮਲੀ ਕਾਲੀ ਦਲ ਸਰਕਾਰ ਇਹ ਇੱਦਾਂ ਹੀ ਜਿੱਤੇਗੀ ਇਨੀ ਲੀਡ ਨਾਲ ਜਿੱਤੇਗੀ ਔਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਅਸੀਂ ਜਿੱਤੀਏ ਔਰ ਇਸ ਇਲਾਕੇ ਦੀ ਸੇਵਾ ਕਰੀਏ ਆਖਰ ਚ ਸultanpur ਦੇ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਆਪਣੇ ਸ਼ਹਿਰ ਕਿਉਂਕਿ ਸ਼ਹਿਰ ਨਾਲ ਮੇਰਾ ਬੜਾ ਪ੍ਰੇਮ ਹੈ ਤੇ ਤੁਸੀਂ ਜੰਮੇ ਪਲੇ ਹੋਵੋ ਆਉਣਾ ਜਾਣਾ ਹੋਵੇ ਤੇ ਪ੍ਰੇਮ ਹੋ ਹੀ ਜਾਂਦਾ ਔਰ ਮੇਰਾ ਨੇਚਰ ਤਕਰੀਬਨ ਇਹ ਸਾਰਾ ਸ਼ਹਿਰ ਜਾਣਦਾ ਕਿਉਂਕਿ ਮੈਂ ਕਰਪਸ਼ਨ ਤੇ ਇਸ ਦੇ ਟੋਟਲੀ ਅਗੇਂਸਟ ਆ ਨਾ ਕਿ ਦੀ ਜ਼ਿੰਦਗੀ ਚ ਲੁੱਟਿਆ ਤੇ ਨਾ ਕੁੱਟਿਆ ਇਹ ਕੰਮ ਆਪਣੀ ਹਿਸਟਰੀ ਚ ਹੈ ਨਹੀਂ ਸਾਡੀ ਫੈਮਿਲੀ ਦੀ ਹਿਸਟਰੀ ਚ ਹੈ ਨਹੀਂ ਔਰ ਲੋਕੀ ਅਡੀਕਦੇ ਸੀ ਕੋਈ ਐਹੋ ਜਿਹਾ ਇਨਸਾਨ ਆਵੇ ਜਿਹੜਾ ਸਾਡੇ ਬਾਹ ਫੜੇ ਔਰ ਮੈਂ ਇਸ ਇਲਾਕੇ ਦੀ ਇਸ ਹਲਕੇ ਦੀ ਬਾਹ ਫੜਨੀ ਆ ਇਹਨਾਂ ਨੂੰ ਸੁੱਖ ਤੇ ਸਕੂਨ ਵਾਲੀ ਜ਼ਿੰਦਗੀ ਦੇਣੀ ਆ ਆ ਮੇਰਾ ਮਕਸਦ ਹੈ ਇਹ ਸੰਨ ਸਾਡੇ ਨਾਲ ਕੈਪਟਨ ਹਰਮਿੰਦਰ ਸਿੰਘ ਜੀ ਮੇਰੇ ਨਾਲ ਕੈਮਰਾਮੈਨ ਨਰੇਸ਼ ਐਪੀ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ